ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਅਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਵੀ ਬੱਕਰੀਆਂ ਦੇ ਉਸਤਾਦ ਬੰਦੇ ਰਾਜਵੀਰ ਬਾਈ ਕੋਲ ਪਹੁੰਚ ਚੁੱਕੇ ਆ, ਅਤੇ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਹੈ ਨਾ, ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ, ਬਾਈ ਰਾਜਵੀਰ ਮੱਟ ਦਾਦੂ, ਅਤੇ ਜਿਨ੍ਹਾਂ ਦੀਆਂ ਵੀਡੀਓ ਆਪਣੇ ਚੈਨਲ 'ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਹੈ ਨਾ, ਅੱਜ ਤੱਕ ਵੀ ਲੋਕ ਨੰਬਰ ਮੰਗਦੇ ਆ ਵੀ ਬਾਈ ਦਾ ਨੰਬਰ ਦਿਓ, ਹੈ ਨਾ, ਇਹਨਾਂ ਦਾ ਫਾਰਮ ਦੇਖਣਾ, ਅਤੇ ਉਹ ਵੀ ਗੱਲਬਾਤ ਆਪਾਂ ਕਰਾਂਗੇ ਬਾਈ ਦੇ ਨਾਲ। ਸਭ ਤੋਂ ਪਹਿਲਾਂ ਬਾਈ ਸਵਾਗਤ ਆ ਰਾਜਵੀਰ, ਧੰਨਵਾਦ, ਹੈ ਨਾ, ਤੁਸੀਂ ਸਮਾਂ ਕੱਢਿਆ। ਤੇ ਦੱਸਿਓ ਬਾਈ ਪਹਿਲਾਂ ਤਾਂ ਅੱਜ ਕਿਵੇਂ ਲੱਗਿਆ ਇੱਥੇ ਆਏ ਹੋ ਰਾਜਵੀਰ ਦੇ ਫਾਰਮ ਤੇ? ਇੰਨੇ ਸਾਲ ਹੋ ਗਏ ਤੁਹਾਡੇ ਕੋਲ ਆਉਂਦਿਆਂ ਨੂੰ, ਰਾਜਵੀਰ ਨੇ ਵੀ ਆਪਦਾ ਫਾਰਮ ਖੜਾ ਕੀਤਾ ਪਹਿਲਾਂ? ਬਾਈ ਇੱਕ ਦੱਸ ਦਈਏ, ਰਾਜਵੀਰ ਰਾਜਵੀਰ ਕਰੀ ਜਾਂਦਾ, ਬਾਈ ਉਲਝ ਨਾ ਜਾਓ ਜੇ, ਇੱਕ ਹਰਿਆਣੇ ਵਾਲਾ ਰਾਜਵੀਰ ਹੈ, ਇੱਕ ਪੰਜਾਬ ਵਾਲਾ ਰਾਜਵੀਰ, ਆਪਾਂ ਨੂੰ ਸਾਰੇ ਜਾਣਦੇ ਆ ਭਰਾ। ਤੇ ਬਾਈ ਦਾ ਫਾਰਮ ਹੈਗਾ ਇਹ ਮੱਟ ਦਾਦੂ ਪਿੰਡ ਇਹਨਾਂ ਦਾ। ਹਾਂਜੀ ਹਾਂਜੀ ਬਾਈ, ਸਭ ਤੋਂ ਪਹਿਲਾਂ ਤਾਂ ਬਾਈ ਨੂੰ ਬਹੁਤ ਬਹੁਤ ਵਧਾਈਆਂ ਰਾਜਵੀਰ ਬਰਾੜ ਨੂੰ ਫਾਰਮ ਕੀਤੇ ਦੀਆਂ। ਹਾਂਜੀ, ਤੇ ਫਾਰਮ ਕਰਨ ਸਾਰ ਬਾਈ ਜਿਹੜਾ ਉਪਰਾਲਾ ਕਰੀ ਬੈਠਾ ਟ੍ਰੇਨਿੰਗ ਵਾਲਾ, ਹਾਂਜੀ, ਇਹ ਤੋਂ ਤਾਂ ਵੱਡਾ ਕੋਈ ਕੰਮ ਹੀ ਨਹੀਂ ਹੋ ਸਕਦਾ, ਹੈ ਨਾ, ਵੀ ਜਿਹੜਾ ਬੇਰੁਜ਼ਗਾਰਾਂ ਨੂੰ ਬੰਦਾ ਕੰਮ ਦੇ ਰਿਹਾ। ਹਾਂਜੀ, ਤੇ ਵਾਹਿਗੁਰੂ ਦੀ ਮਿਹਰ ਨਾਲ ਰੌਣਕਾਂ ਵੀ ਲੱਗੀਆਂ ਪਈਆਂ। ਹਾਂਜੀ, ਦੇਖੀ ਜਾਂਦੇ ਜਿਵੇਂ ਨਵਾਂ ਫਾਰਮਰ ਹੋਵੇ ਬੰਦਾ, ਨਵਾਂ ਕੰਮ ਕੀਤਾ ਹੋਵੇ, ਤੇ ਇੱਕ ਬੈਚ ਦੇ ਵਿੱਚ 50-50 ਬੰਦੇ ਹੋਣ, ਤੇ ਫਿਰ ਵੀ ਸੀਟਾਂ ਪਿੱਛੇ ਪਈਆਂ ਬਾਈ ਕੋਲੇ, ਤੇ ਜਿਨ੍ਹਾਂ ਨੂੰ ਇੱਥੇ ਅਗਲੀ ਵਾਰ ਦਾ ਟਾਈਮ ਦਿੱਤਾ ਬਾਈ ਨੇ। ਹਾਂਜੀ, ਤੇ ਵਧਾਈ ਦਾ ਪਾਤਰ ਆ ਜੀ, ਬਹੁਤ ਵੱਡੀ ਗੱਲ ਹੈ। ਠੀਕ ਹੈ ਬਾਈ, ਬਾਈ ਜਿਵੇਂ ਤੁਸੀਂ ਹੁਣ ਆਏ ਹੋ, ਹੈ ਨਾ, ਆਪਾਂ ਦੇਖ ਰਹੇ ਹਾਂ ਪਿਛਲੇ ਕਾਫੀ ਸਾਲਾਂ ਤੋਂ ਨਵੇਂ ਬੰਦੇ ਬੱਕਰੀ ਪਾਲਣ 'ਚ ਬਹੁਤ ਆ ਰਹੇ ਆ, ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਫੋਨ 'ਤੇ ਵੀ ਤੁਹਾਨੂੰ ਪੁੱਛਦੇ ਰਹਿੰਦੇ ਆ, ਹੈ ਨਾ, ਕਿਵੇਂ ਦੇਖਦੇ ਹੋ ਵੀ ਨਵੇਂ ਬੰਦੇ ਜਿਹੜੇ ਇੰਨੇ ਆ ਰਹੇ ਆ ਬੱਕਰੀ ਪਾਲਣ ਦੇ ਵਿੱਚ, ਕੀ ਭਵਿੱਖ ਦੇਖਦੇ ਹੋ ਤੁਸੀਂ? ਭਵਿੱਖ ਤਾਂ ਬਾਈ ਆਹੀ ਵੇਖਦੇ ਹਾਂ, ਜਿਵੇਂ ਕੁਝ ਤਾਂ ਲੋਕ, ਮੈਂ ਕਹਿੰਦਾ 80% ਤਾਂ ਉਹ ਆ ਰਹੇ ਆ ਜਿਹੜੇ ਲਾਉਣ ਦੀ ਝਾਕ ਚ ਲਾ ਲਓ, ਜਿਵੇਂ ਕੋਈ ਸਿਸਟਮ ਚੱਲੀ ਜਾਂਦਾ ਗਾ, ਹਨਾ, ਤੇ 20% ਬੰਦੇ ਉਹ ਆ ਰਹੇ ਜਿਨ੍ਹਾਂ ਨੇ ਆਪਦਾ ਕੰਮ ਕਰਨਾ ਗਾ, ਜਿਵੇਂ ਸਹਾਇਕ ਧੰਦਾ ਇੱਕ, ਜਿਵੇਂ ਆਪਾਂ ਮੱਝਾਂ ਰੱਖਦੇ ਹਾਂ, ਗਾਈਆਂ ਰੱਖਦੇ ਹਾਂ, ਬੱਕਰੀ ਵੀ ਕੋਈ ਬਾਹਲਾ ਵੱਡਾ ਮਸਲਾ ਨਹੀਂ ਗਾ, ਹੈ ਤਾਂ ਇੱਕ ਜਾਨਵਰ ਹੀ ਜੇ ਆਪਾਂ ਰੱਖਾਂਗੇ ਤਾਂ, ਤੇ ਧੰਦਾ ਬਹੁਤ ਵਧੀਆ। ਜੇ ਨਵੇਂ ਬੰਦੇ ਇਸ ਕੰਮ ਵੱਲ ਆਉਣਗੇ, ਨਸ਼ੇ ਕੀਤਿਆਂ ਤੋਂ ਬਚਣਗੇ, ਤੇ ਬਾਹਰ ਅੰਦਰ ਜਾਣ ਤੋਂ ਬਚਣਗੇ, ਆਪਦਾ ਘਰੇ ਕੰਮ ਲੱਗਣਗੇ, ਤੇ ਰੀਸ ਨਿੱਜੀ ਕੰਮ ਦੀ ਬਹੁਤ ਵਧੀਆ ਸਹਾਇਕ ਧੰਦਾ, ਖੇਤੀ ਨਾਲ ਜੁੜਿਆ ਹੋਇਆ ਕੰਮ ਹੈ ਜੀ। ਠੀਕ ਆ, ਕਈ ਬੰਦੇ ਬਈ ਹੁਣ ਆਉਂਦੇ ਆ, ਹੈ ਨਾ, ਵੀਡੀਓ ਦੇਖ ਕੇ ਜਾਂ ਕਿਸੇ ਨੂੰ ਕੰਮ ਕਰਦਾ ਦੇਖ ਕੇ ਜਾਨਵਰ ਲੈਂਦੇ ਆ, ਖਰਚਾ ਵੀ ਬਹੁਤ ਕਰਦੇ ਆ, ਪਰ ਉਹ ਸੋਚਦੇ ਹੁੰਦੇ ਵੀ ਇਹਦੇ 'ਚ ਰਾਤੋ ਰਾਤ ਕਮਾਈ ਆ, ਜਾਂ ਬਹੁਤ ਛੇਤੀ ਬੱਕਰੀਆਂ ਵਿਕਣੀਆਂ, ਮਹਿੰਗੀਆਂ ਖਰੀਦ ਲੈਂਦੇ ਆ, ਅੱਗੇ ਵਿਕਦਾ ਨਹੀਂ ਜਾਨਵਰ, ਉਹ ਬੰਦੇ ਫਿਰ ਹੋਰਾਂ ਨੂੰ ਵੀ ਡੀਮੋਟੀਵੇਟ ਕਰਦੇ ਆ, ਮਹਿੰਗੇ ਜਾਨਵਰ ਸਸਤੇ ਰੇਟਾਂ ਦੇ ਵੇਚ ਦਿੰਦੇ ਆ, ਹੈ ਨਾ, ਫਾਰਮ ਫੇਲ ਹੁੰਦੇ ਵੀ ਆਪਾਂ ਦੇਖਦੇ ਹਾਂ। ਇਹੋ ਜਿਹੇ ਬੰਦਿਆਂ ਬਾਰੇ ਤੁਹਾਡੇ ਤਜਰਬੇ 'ਚ ਤੁਹਾਡੀ ਕੀ ਸਲਾਹ ਹੈਗੀ ਹੈ ਵੀ ਜੇ ਕੰਮ ਕਰਨਾ ਹੈਗਾ, ਕੀ ਸੋਚ ਕੇ ਕੀ ਦੇਖ ਕੇ ਆਪਾਂ ਨੂੰ ਕੰਮ ਕਰਨਾ ਚਾਹੀਦਾ? ਬਾਈ ਉਹ ਤਾਂ ਹੈ ਨਾ, ਤੱਤਾ ਲੱਕਣ ਵਾਲਾ ਕੰਮ, ਤੱਤਾ ਲੱਕੋਗੇ ਤਾਂ ਜੀਭ ਮੱਚੂਗੀ। ਹਾਂਜੀ, ਵੱਡੀ ਗੱਲ ਤਾਂ ਇਹ ਆ ਵੀ ਆਪਾਂ ਹੁਣ ਪੜ੍ਹਦੇ ਹਾਂ ਕਰਦੇ ਹਾਂ, ਕੋਈ ਜੋਬ ਲੈਂਦਾ 12-12, 13-13 ਸਾਲ, 15-15 ਸਾਲ ਪੜ੍ਹਾਈ 'ਚ ਇਨਵੈਸਟਮੈਂਟ ਕਰਦੇ ਹਾਂ। ਹਾਂਜੀ, ਇਸ ਕੰਮ 'ਤੇ ਤਾਂ 15 ਮਹੀਨੇ ਹੀ ਕਰ ਲਓ, ਛੋਟੇ ਪੱਧਰ ਤੋਂ ਕੰਮ ਸਟਾਰਟ ਕਰੋ ਆਪਦਾ, ਤੇ ਆਪਦੀ ਜਾਣਕਾਰੀ ਨਾਲ ਹੀ ਜਾਨਵਰ ਖਰੀਦੋ। ਜੇ ਕਿਸੇ ਤੋਂ ਜਾਨਵਰ ਲੈਣੇ ਹੋ ਤਾਂ ਬੰਦੇ ਦੇਖੋ ਵੀ ਬੰਦੇ ਕਿਹੋ ਜਿਹੇ ਆ, ਕਿਸ ਪੱਧਰ 'ਤੇ ਕੰਮ ਆ ਉਹਨਾਂ ਦਾ, ਬਰੀਡ 'ਤੇ ਕੰਮ ਆ ਕਿ ਕਾਟੂ ਬੇਸ 'ਤੇ ਕੰਮ ਆ ਕਿ ਵਪਾਰ ਲੈਣ 'ਤੇ ਕੰਮ ਆ, ਉਸ ਹਿਸਾਬ ਨਾਲ ਜਾਨਵਰ ਤੁਸੀਂ ਖਰੀਦੋ। ਜੇ ਤੁਸੀਂ ਬਰੀਡ ਬੇਸ 'ਤੇ ਕੰਮ ਕਰਨਾ ਤਾਂ ਚੰਗਾ ਫਾਰਮਰ ਭਾਲੋ, ਜਿਹਦੇ ਕੋਲ ਚੰਗਾ ਬਰੀਡਰ ਹੋਇਆ ਉਹਦੇ ਕੋਲ ਚੰਗੇ ਜਾਨਵਰ ਬੱਚੇ ਤੈਨੂੰ ਆਪ ਹੀ ਦਿਖ ਜਾਣਗੇ। ਹਾਂਜੀ, ਤੇ ਉੱਥੋਂ ਜੇ ਆਪਾਂ ਜਾਨਵਰ ਲੈ ਕੇ ਆਪਦੇ ਚੰਗੇ ਪਾਲ ਕੇ ਛੋਟੇ ਪੱਧਰ ਤੋਂ ਕੰਮ ਸਟਾਰਟ ਕਰਾਂਗੇ, ਜਾਣਕਾਰੀ 'ਚ ਵੱਧ ਰੱਖਾਂਗੇ, ਕੋਲੇ ਰੱਖਾਂਗੇ, ਜਾਣਕਾਰੀ ਵੱਧ ਆਊਗੀ, ਤੇ ਬੰਦਾ ਫੇਲ ਹੋਣ ਦੇ ਚਾਂਸ ਹੀ ਨਹੀਂ। ਠੀਕ ਆ ਬਾਈ,
ਤੇ ਅੱਜ ਬਾਈ ਇੱਥੇ ਆਏ ਹੋ ਤੁਸੀਂ ਹਨਾ, ਬਹੁਤ ਦੂਰੋਂ ਚੱਲ ਕੇ ਆਏ ਹੋ, ਜਿਵੇਂ ਤੁਹਾਡੇ ਏਰੀਏ ਦੇ ਵਿੱਚ ਤੁਹਾਡੇ ਕੋਲ ਚੰਗੀ ਬਰੀਡ ਆ, ਹੋਰ ਵੀ ਬੰਦੇ ਚੰਗਾ ਬਰੀਡ ਤੇ ਕੰਮ ਕਰ ਰਹੇ ਆ, ਆਪਣੇ ਏਰੀਏ ਦੇ ਵਿੱਚ ਹਜੇ ਓਨੀ ਜਿਹੜੀ ਨਸਲ ਸੁਧਾਰ ਨਹੀਂ ਹੋਇਆ, ਤੇ ਇੱਥੇ ਤੁਸੀਂ ਦੇਖਿਆ ਹੈਗਾ ਲੋਕ ਬਹੁਤ ਇੰਟਰਸਟ ਹੈਗਾ ਜਿਨ੍ਹਾਂ ਦਾ ਬੱਕਰੀ ਪਾਲਣ ਦੇ ਵਿੱਚ, ਤੇ ਤੁਹਾਡੇ ਕੋਲ ਜੇ ਕਿਸੇ ਨੇ ਆਉਣਾ ਮੰਨ ਲਓ ਜਾਨਵਰ ਲੈਣ ਚੰਗੀ ਬਰੀਡ ਦੇ ਬੱਚੇ, ਜਾਂ ਤੁਸੀਂ ਕਿੱਦਾਂ ਫਾਰਮ ਚਲਾਉਂਦੇ ਹੋ, ਸੇਲ ਪਰਚੇਜ ਜਿਹੜਾ ਹੈਗਾ ਉਹ ਕਿਵੇਂ ਕਰਦੇ ਹੋ? ਦੇਖੋ ਜੀ, ਮੇਰੇ ਕੋਲ ਨਾ ਲਿਮਿਟਡ ਜੇ ਜਾਨਵਰ ਰਹਿੰਦੇ ਆ ਲਗਭਗ, ਹਾਂਜੀ, ਤੇ ਲਗਭਗ ਬੱਚੇ ਮੇਰੇ ਕੋਲ ਬੁੱਕ ਰਹਿੰਦੇ ਆ, ਹਾਂਜੀ, ਤੇ ਜੇ ਮੇਰੇ ਕੋਲ ਕੋਈ ਵੀ ਬੰਦਾ ਜਾਨਵਰ ਖਰੀਦਦਾ ਵੀ, ਮੈਨੂੰ ਪਹਿਲਾਂ ਮੈਂ ਅਗਲੇ ਤੋਂ ਪੁੱਛਦਾ ਵੀ ਤੂੰ ਤੈਨੂੰ ਕੀ ਵੇਚਦਾ ਜਾਨਵਰ ਚਾਹੀਦਾ, ਵੀ ਬਰੀਡਰ ਰੱਖਣਾ ਜਾਂ ਕਾਟੂ ਬੇਸ ਤੇ ਪਾਲਣਾ ਜਾਂ ਕਿਵੇਂ ਪਾਲਣਾ, ਫਿਰ ਵਾਲੇ ਨੂੰ ਟਾਈਮ ਦੇ ਦਿੰਦੇ ਆ, ਜੇ ਚੰਗਾ ਨਾ ਹੋਵੇ ਤਾਂ ਕੋਲੇ, ਜੇ ਚੰਗਾ ਹੋਵੇ ਤਾਂ ਦੇ ਦੇਈਦਾ। ਠੀਕ ਹੈ, ਠੀਕ ਹੈ, ਉਹਦੀ ਵੱਖ ਵੱਖ ਕੀਮਤ ਹੁੰਦੀ ਆ, ਬਰੀਡ ਦੇ ਹਿਸਾਬ ਨਾਲ ਬੱਚੇ ਦੀ ਕੀਮਤ ਤੈਅ ਹੁੰਦੀ ਆ, ਉਹਦੀ ਮਾਂ ਨੂੰ ਦੇਖ ਕੇ ਉਹਦੀ ਕੀਮਤ ਤੈਅ ਹੁੰਦੀ ਆ, ਬੋਕ ਨੂੰ ਦੇਖ ਕੇ ਜਾਂ ਬੱਚੇ ਦੀ ਕੁਆਲਿਟੀ ਨੂੰ ਦੇਖ ਕੇ ਉਹਦੀ ਕੀਮਤ ਤੈਅ ਹੁੰਦੀ ਆ, ਉਹ ਮੌਕੇ ਤੇ ਡਿਸਾਈਡ ਹੁੰਦਾ ਵੀ ਕਿੰਨੀ ਕੀਮਤ ਦਾ ਕਿਹੜਾ ਬੱਚਾ ਹੈ। ਠੀਕ ਹੈ ਜੀ, ਹਾਂਜੀ, ਬਾਈ ਰਾਜਵੀਰ, ਜਿਵੇਂ ਹੁਣ ਤੁਸੀਂ ਬਾਈ ਰਾਜਵੀਰ ਨੂੰ ਇੱਥੇ ਬੁਲਾਇਆ ਹਨਾ, ਸਵੇਰ ਤੋਂ ਲੈ ਕੇ ਬਾਈ ਆਇਆ, ਪਹਿਲਾਂ ਆਪਾਂ ਦੇਖਿਆ ਬਾਈ ਗੁਰਜੀਤ ਹੋਰੀ ਜਾਂ ਹੋਰ ਜਿਹੜੇ ਬੱਕਰੀ ਪਾਲਕ ਆ ਪੁਰਾਣੇ ਇਸ ਕੰਮ 'ਚ ਆ, ਉਹਨਾਂ ਨੂੰ ਟ੍ਰੇਨਿੰਗ 'ਤੇ ਬੁਲਾਉਂਦੇ, ਉਹਨਾਂ ਦੇ ਤਜਰਬੇ ਸਾਂਝੇ ਕਰਦੇ ਹੋ ਹਨਾ, ਆਮ ਤੌਰ 'ਤੇ ਟ੍ਰੇਨਿੰਗਾਂ 'ਚ ਆਪਾਂ ਦੇਖਿਆ ਜ਼ਿਆਦਾਤਰ ਦਵਾਈਆਂ ਬਾਰੇ ਦੱਸਿਆ ਜਾਂਦਾ ਜਾਂ ਹੋਰ ਕਿਤਾਬੀ ਗੱਲਾਂ ਹੁੰਦੀਆਂ ਨੇ, ਤੁਸੀਂ ਬੱਕਰੀ ਪਾਲਕ ਜਿਹੜੇ ਪੁਰਾਣੇ ਹੈਗੇ ਬਰੀਡਰ ਬੰਦੇ, ਉਹਨਾਂ ਨੂੰ ਹੀ ਕਿਉਂ ਬੁਲਾਉਂਦੇ, ਇਹਦਾ ਕੀ ਕਾਰਨ ਹੈਗਾ? ਬਾਈ ਜੀ, ਬੰਦਿਆਂ ਨੇ ਕੁਛ ਕਮਾਈ ਕੀਤੀ ਆ ਬੱਕਰੀਆਂ ਚੋਂ, ਹਾਂਜੀ, ਪੈਸੇ ਦੀ ਵੀ ਤੇ ਨਸਲ ਚ ਵੀ ਕਮਾਈ ਕੀਤੀ ਆ, ਨਸਲ ਵੀ ਤਿਆਰ ਕੀਤੀ ਹੈ। ਇੱਕ ਹੁੰਦਾ ਮੇਰੇ ਵਰਗਾ ਉੱਥੋਂ ਬੱਕਰੀ ਫੜਦੀ, ਉੱਥੋਂ ਚਲੋ ਉਹਦਾ ਵਪਾਰ ਲੈਣ ਆ ਗਈ ਹਨਾ, ਹਾਂਜੀ, ਪਰ ਜਿਹੜੇ ਆਪਾਂ ਪੁਰਾਣੇ ਬੰਦੇ, ਮੈਂ ਇਸੇ ਵਾਸਤੇ ਸਾਧਾ, ਉਹਨਾਂ ਦੇ ਆਪਦੇ ਤਜਰਬੇ ਹੁੰਦੇ ਆ, ਉਹਨਾਂ ਨੇ ਵਾਧੇ ਘਾਟੇ ਖਾਧੇ ਹੁੰਦੇ ਆ। ਇੱਕ ਮੇਰੀ ਟ੍ਰੇਨਿੰਗ ਤੇ ਜਿਹੜਾ ਵੀ ਬੰਦਾ ਬੋਲੂਗਾ ਕਿ ਇਮਾਨਦਾਰ ਬੰਦਾ ਹੋਊਗਾ, ਉਹਦਾ ਪਿਛੋਕੜ ਮੈਂ ਵੇਖ ਕੇ, ਐਂ ਨੀ ਗਾ ਬਈ ਜਿਵੇਂ ਹੁਣ ਰਾਜਵੀਰ ਸੱਦਿਆ ਠੱਗਾਂ ਮਾਰੀ ਬੈਠਾ ਹੋਵੇ ਹਰਿਆਣੇ ਚ ਲੋਕਾਂ ਨਾਲ। ਠੀਕ ਹੈ, ਇਹਦੇ ਬੰਦੇ ਇਹਨੂੰ ਗਾਲਾਂ ਕੱਢੀ ਜਾਂਦੇ, ਮੈਂ ਲਿਆ ਕੇ ਇੱਥੇ ਟ੍ਰੇਨਿੰਗ ਤੇ ਉਹਨੂੰ ਲੈਕਚਰਾਰ ਬਣਾ ਲਿਆ ਹਨਾ, ਜਾਂ ਜਿਹੜੇ ਬੰਦੇ ਨੂੰ ਬੀਟਲ ਦਾ ਹੀ ਨਹੀਂ ਪਤਾ ਨਸਲ ਦਾ, ਉਹ ਆ ਕੇ ਇੱਥੇ ਵੱਡੇ ਵੱਡੇ ਇੱਥੇ ਪ੍ਰਚਾਰ ਕਰੀ ਜਾਵੇ ਬੀਟਲ ਬਾਰੇ, ਜਿਹੜੇ ਨੂੰ ਪਤਾ ਹੀ ਨਹੀਂ ਇਹ ਚੀਜ਼ ਦਾ। ਮੈਂ ਉਹ ਬੰਦਾ ਸਾਧਾ ਜਿਹੜੇ ਨੇ ਵਾਕਈ ਕੋਈ ਕੰਮ ਕੀਤਾ ਹੁੰਦਾ, ਫਿਰ ਉਹ ਆਪਦੀ ਜਨਰੀ ਦੱਸਦਾ ਵੀ ਆਪਦੀ ਦੱਸਦਾ ਸਾਰੀ ਕਹਾਣੀ ਵੀ ਮੈਂ ਕਿੱਥੋਂ ਸ਼ੁਰੂ ਆਈ, ਕਿਉਂਕਿ ਇਹਦੇ ਨਾਲ ਵੀ ਠੱਗੀਆਂ ਠੋਰੀਆਂ ਬਹੁਤ ਵੱਜੀਆਂ, ਮੇਰੇ ਨਾਲ ਹੀ ਵੱਜੀਆਂ। ਤੇ ਬਾਈ ਗੁਰਜੀਤ, ਹੁਣ ਬਾਈ ਗੁਰਜੀਤ ਸਾਧੇ ਸੀਗੇ, ਉਹਨੇ ਬਈ 10,000 ਦੀ ਬੱਕਰੀ ਤੋਂ ਉਹਨੇ 50,000 ਲੱਖ ਲੱਖ ਦੇ ਬੱਕਰੇ ਤਿਆਰ ਕਰਕੇ ਵੇਚਤੇ, ਮੈਂ ਆਪਣੀ ਮਿਹਨਤ ਕਰਕੇ, ਉਹ ਚੀਜ਼ਾਂ ਬਾਈ। ਹੁਣ ਇਹਦਾ ਬਾਈ ਦਾ ਨਾਂ ਬਹੁਤ ਵੱਡਾ, ਇਹਨੇ ਇੱਕ ਬੱਕਰੇ ਤੋਂ ਇਹਨੇ ਪਤਾ ਨੀ ਕਿੰਨੀ ਕੀ ਤਕੜੀ ਬਰੀਡ ਬਈ ਤਿਆਰ ਕਰ ਲਈ ਇਹਨੇ। ਠੀਕ ਹੈ, ਵੱਡੇ ਵੱਡੇ ਬੱਕਰੀਆਂ ਬੋਕ ਖੜੇ ਇਹਦੇ ਫਾਰਮ ਤੇ। ਠੀਕ ਹੈ, ਇਹਦਾ ਆਪਦਾ ਨਿੱਜੀ ਤਜਰਬਾ, ਗੁਰਜੀਤ ਦਾ ਹੋਰ ਤਜਰਬਾ, ਆ ਬਾਈ SR ਵਾਲੇ ਇਹਨਾਂ ਦਾ ਹੋਰ ਤਜਰਬਾ ਹਨਾ। ਮੈਂ ਇਹੀ ਕਰਦਾ ਜੀ, ਸਾਰੇ ਜਿਹੜੇ ਮੇਰਾ ਟ੍ਰੇਨਿੰਗ ਦੇ ਪੈਸੇ ਭਰਦਾ ਬੰਦਾ, ਉਹਨੂੰ ਜਿਹੜਾ ਅਸੀਂ 7-8 ਸਾਲਾਂ 'ਚ ਧੱਕੇ ਖਾ ਕੇ ਬਈ ਰਾਜਵੀਰ ਹਨਾ ਆਪਾਂ ਨੂੰ ਪਤਾ ਲੱਗਿਆ, ਹੁਣ ਇਹਨੇ ਇਹਨੇ ਦਿਲੋਂ ਦੱਸ ਦੇਣਾ। ਕਈ ਬੰਦੇ ਗੁਰਮੰਤਰ ਦੱਸਦੇ ਨਹੀਂ, ਆਪਦੀ ਖੇਡ ਦੱਸਦੇ ਨੀਗੇ। ਹੁਣ ਜਿਹੜਾ ਵੀ ਬੰਦਾ ਆਪਾਂ ਸਾਧਦੇ ਹਾਂ ਇੱਥੇ, ਉਹ ਨਵੇਂ ਬੰਦਿਆਂ ਨੂੰ ਸਾਰਾ ਦੱਸਦਾ ਬਈ ਇੱਥੇ ਐਂ ਕਰ ਲਓ ਜੀ, ਤੁਸੀਂ 2 ਸਾਲਾਂ 'ਚ 3 'ਚ, ਹੁਣ ਤੰਗ ਹੀ ਕਹਿੰਦੇ 2 ਸਾਲਾਂ 'ਚ ਕਾਮਯਾਬ ਹੋ ਜਾਣਗੇ, ਅਸੀਂ ਤਾਂ ਨਹੀਂ ਬਈ ਹੋਏ ਸੀ, ਸਾਨੂੰ ਤਾਂ 7-7, 8-8 ਸਾਲ ਲੱਗ ਗਏ, ਸਾਨੂੰ 2-3 ਸਾਲ ਤਾਂ ਹੀ ਨਹੀਂ ਪਤਾ ਲੱਗੇ ਕੀ ਰੱਖਣਾ ਕਿੱਥੋਂ ਰੱਖਣਾ। ਵਿੱਚ ਸਾਲੇ ਹੈਦਰਾਬਾਦੀ ਆ ਗਏ ਸੀ, ਗੁਲਾਬੀ ਜਾਮਣੀ ਵਾਲੇ, ਉਹ ਰੱਖ ਬੈਠੇ ਅਸੀਂ, ਉਹ ਵਿੱਚ ਹੋਰ ਰੱਖ ਲਏ, ਫਿਰ ਇਕੱਲੀ ਕਾਲੀ ਬੀਟਲ ਦਾ ਹੀ ਰਿਵਾਜ਼ ਚੱਲ ਗਿਆ, ਉਦੋਂ ਅਸੀਂ ਲਾਲ ਡੱਬੇ ਨਾਗਰੇ ਵੇਚਤੇ। ਠੀਕ ਹੈ, ਇਹ ਚੀਜ਼ਾਂ ਸਾਨੂੰ ਵੀ ਪੈਰ ਖੇੜੀ ਗਈਆਂ। ਹੁਣ ਅਸੀਂ ਜਿਹੜਾ ਟ੍ਰੇਨਿੰਗ ਲੈਣ ਆਉਂਦਾ ਉਹਨੂੰ ਇਹੀ ਦੱਸਦੇ ਹਾਂ ਬਈ ਸ਼ੁਰੂ ਕਿੰਨੇ ਤੋਂ ਕਰਨਾ, ਕਿੰਨੇ ਮੁੱਲ ਦੀ ਬੱਕਰੀ ਲੈਣੀ ਆ, ਕੀ ਨੁਕਸ ਹੁੰਦੇ ਆ, ਕਿੱਥੋਂ ਲੈਣੀ ਆ, ਉਹਦਾ ਰੱਖ ਰਖਾ ਕੀ ਹੈ, ਸਾਂਭ ਸੰਭਾਈ ਕੀ ਹੈ। ਜਦੋਂ ਬੰਦੇ ਨੇ ਇੰਨੀਆਂ ਗੱਲਾਂ ਇਹਨਾਂ ਨੇ ਦੱਸਤੀਆਂ, ਬੰਦਾ ਉਹ ਤੇ ਹੁਣ ਘਰੇ ਜਾ ਕੇ ਤਾਂ ਕਿਤੇ ਪੱਠੇ ਪਾਉਣੇ ਨਹੀਂ, ਕੰਮ ਤਾਂ ਇਹਨਾਂ ਨੇ ਆਪ ਕਰਨਾ ਹੋਣਾ ਜਿਹੜੇ ਅੰਦਰ ਟ੍ਰੇਨਿੰਗ ਲਈ ਜਾਂਦੇ ਹਨਾ। ਤੇ ਜਦੋਂ ਇਹਨਾਂ ਨੇ ਸਾਰਾ ਰੱਖ ਰਖਾ ਸਹੀ ਕਰ ਲਿਆ, ਸਹੀ ਇਹਨਾਂ ਨੇ ਬਾਇਟ ਦੇ ਵਿੱਚ ਖਾਣਾ ਪੀਣਾ ਦੇਤਾ ਉਹਨਾਂ ਨੂੰ, ਸਹੀ ਨਸਲ ਖਰੀਦ ਲਈ ਇਹਨਾਂ ਨੇ, ਬਈ ਡਾਕਟਰ ਸੱਦਣ ਦੀ ਲੋੜ ਹੀ ਨਹੀਂ ਪੈਣੀ। ਠੀਕ ਹੈ,
ਇੱਕ ਬਾਈ ਰਾਜਵੀਰ ਹੋਰ ਗੱਲ, ਜਿਵੇਂ ਆਮ ਬੱਕਰੀ ਪਾਲਕ ਆ ਜਿਹੜੇ ਹਨਾ ਨੋਰਮਲ ਰੇਟਾਂ ਤੇ ਬੱਕਰੀਆਂ ਵੇਚਦੇ ਆ, ਜਿਵੇਂ ਤੁਸੀਂ ਹੈਗੇ ਹੋ, ਤੁਸੀਂ ਲੰਮਾ ਸਮਾਂ ਇਸ ਕਿੱਤੇ ਨੂੰ ਦਿੱਤਾ ਹੈਗਾ ਹਨਾ, ਜਾਨਵਰਾਂ ਤੇ ਕੰਮ ਕਰਕੇ ਸਾਲਾਂ ਦੇ ਵਿੱਚ ਨਸਲ ਤਿਆਰ ਕੀਤੀ ਆ ਹਨਾ, ਤੁਹਾਡੇ ਜਾਨਵਰ ਚੰਗੇ ਰੇਟਾਂ ਤੇ ਵਿਕਦੇ ਆ, ਜਿਵੇਂ ਆਪਣੇ ਬੱਕਰਾ ਵੀ ਕਿਹਾ ਸੀਗਾ ਮੰਡੀ ਤੇ ਹਨਾ, ਕਈ ਬੰਦੇ ਇਹ ਗੱਲ ਕਹਿੰਦੇ ਹੁੰਦੇ ਆ, ਆਮ ਹੀ ਦਲੀਲ ਦਿੰਦੇ ਆ ਵੀ ਇਹਨਾਂ ਦੇ ਵਿਕਦੇ ਆ ਲੱਖਾਂ ਚ, ਆਪਣੇ ਨੀ ਵਿਕਦੇ ਵੀ। ਹਾਂਜੀ, ਚੰਗੇ ਜਾਨਵਰ ਹੋਣ ਦੇ ਨਾਲ ਨਾਲ ਤੁਹਾਡਾ ਆਪਦਾ ਵੀ ਰੁਤਬਾ ਚੰਗਾ ਹੋਣਾ ਚਾਹੀਦਾ। ਹਾਂਜੀ, ਜੇ ਤੁਹਾਡਾ ਰੁਤਬਾ ਚੰਗਾ ਤੇ ਤੁਹਾਡੇ ਕੋਲੇ ਬੰਦਾ ਖੜੂਗਾ। ਠੀਕ ਆ ਬਾਈ, ਜੇ ਜਾਨਵਰ ਇਕੱਲੇ ਚੰਗੇ ਰੱਖ ਰੱਖੇ ਆ, ਦੇਣ ਲੈਣ ਦੇ ਵਿੱਚ ਤੁਸੀਂ ਬਾਹਰੋਂ ਉਧਰੋਂ ਚੱਕ ਲਿਆ ਉਧਰੋਂ ਚੱਕ ਲਿਆ ਉਹ ਦੇਈ ਜਾਂਦੇ ਆ, ਇੱਕ ਜਾਨਵਰ ਦਾ ਤੁਹਾਡੇ ਕੋਲੇ ਪ੍ਰੂਫ ਪਿਆ, ਹਾਂਜੀ, ਤਿੰਨ ਤਿੰਨ ਸਾਲਾਂ ਦਾ, ਉਹਦੀ ਦਾਦੀ ਦਾ, ਪੋਤੇ ਦਾ, ਏ ਟੂ ਜ਼ੈਡ ਮੰਨ ਕੇ ਨਾਨੀ ਦਾ ਸਾਰਾ ਪ੍ਰੂਫ ਪਿਆ, ਦਿਖਾ ਕੇ ਜੇ ਆਪਾਂ ਕਿਸੇ ਨੂੰ ਜਾਨਵਰ ਦੇਵਾਂਗੇ। ਕਈ ਵਾਰੀ ਬੰਦੇ ਅਜੇ ਹੁੰਦੇ ਪੈਸੇ ਲਾਉਣ ਵਾਲੇ ਹੁੰਦੇ ਆ, ਜਾਨਵਰ ਨਹੀਂ ਚੰਗਾ ਮਿਲਦਾ, ਫਿਰ ਉਹਨਾਂ ਨੂੰ ਜੇ ਜਾਨਵਰ ਚੰਗਾ ਦਿਖਦਾ ਤਾਂ ਬੰਦੇ ਦਾ ਸਟੈਂਡ ਨਹੀਂ ਚੰਗਾ ਲੱਗਦਾ। ਉਹ ਸਾਰੀਆਂ ਗੱਲਾਂ ਹੁੰਦੀਆਂ, ਜੇ ਜਾਨਵਰ ਚੰਗਾ ਤਾਂ ਤੁਹਾਡਾ ਆਪਦਾ ਵੀ ਰੁਤਬਾ ਚੰਗਾ ਹੋਣਾ, ਬੰਦਾ ਡੀਲ ਕਰਨ ਵਾਲਾ ਹੋਵੇ ਹਨਾ। ਸਸਤੀ ਦਾ ਮੈਂ ਦੱਸ ਦਿੰਦਾ, ਹੁਣ ਮੇਰੇ 50 ਜਾਂ 100 ਬੱਕਰੀ ਰੱਖੀ ਹੈ, ਮੇਰੇ ਮੇਮਣੇ ਉਹ ਰੇਂਜ ਚ ਜਾਣਗੇ। ਹੁਣ ਬਾਈ ਨੇ ਜੇ 10-20 ਬੱਕਰੀਆਂ ਰੱਖੀਆਂ, ਉਹਦੀ ਉਹ ਜੀ ਸੇਵਾ ਹੁੰਦੀ ਹੈ, ਉਹਨਾਂ ਅਗਲਾ ਖਰਚਾ ਵੱਧ ਕਰਦਾ, ਕੀ ਖਰਚਾ ਕਰਦਾ ਉਹ ਤੇ ਕਿਵੇਂ ਪਾਲਦਾ। ਹੁਣ ਕਈ ਬਾਈ 200-200 ਰੁਪਿਆ, 150-150 ਰੁਪਿਆ ਬੱਕਰੀ ਨੂੰ ਖਵਾਉਂਦੇ ਡੇਲੀ ਦਾ, ਕਈ ਹੁਣ ਬਈ 30-40 ਦੇ ਵਿੱਚ ਪਾਲਦੇ ਆ, ਕਈ ਬਾਹਰ 4 ਦੇ, ਕਿਵੇਂ ਵੀ ਕਰਕੇ ਅੱਡੋ ਅੱਡ ਹਰੇਕ ਫਾਰਮ ਦਾ ਬਈ ਰੇਟ ਹੁੰਦਾ। ਪਰ ਜੇ 2-2 ਲੱਖ ਦੇ ਤੁਹਾਡੇ ਅੱਜ ਨਹੀਂ ਵਿਕਣੇ, ਤੁਹਾਨੂੰ 4-5 ਸਾਲ ਲੱਗਣਗੇ, ਤੁਹਾਡੇ ਵੀ ਵਿਕਣਗੇ ਜੇ ਤੁਸੀਂ ਟਿਕ ਕੇ ਕੰਮ ਕਰੇਗੇ, ਆਸੇ ਪਾਸੇ ਵਾਲੇ ਦੀ ਨਾ ਸੁਣੀ, ਟਕਾਲੇ ਜਾਨਵਰ ਤੁਹਾਡੇ ਵੀ 2-2 ਲੱਖ ਦੇ ਵਿਕਣਗੇ। ਬੱਕਰੇ ਵੀ ਹੈਗੇ, ਬੱਕਰੀਆਂ ਵੀ ਹੈਗੀਆਂ, 2 ਲੱਖ ਵਾਲੀ ਕੋਈ ਗੱਲ ਨੀ, ਪਰ ਨਵਾਂ ਬੰਦਾ ਇਹ ਕੰਮ ਚ ਹਜੇ ਨਾ ਫਸੇ। ਸਿੱਧੀ 2 ਲੱਖ ਵਾਲੀ ਬੱਕਰੀ ਲਿਆਵੇ, ਉਹ ਤੋਂ ਨਾ 2 ਲੱਖ ਵਾਲੀ ਦਾ ਲੇਵਾ ਹੀ ਨੀ ਸਮਝਣਾ ਬਈ, ਉਹਨੂੰ ਮਟੈਟਸ ਹੋ ਜਾਊ, ਉਹਦਾ ਥਣ ਮਰ ਜੂਗਾ ਉਤੋਂ। ਠੀਕ ਆ, ਉਹ ਆਪਦੀ 20-25 ਹਜ਼ਾਰ ਆਪਦੀ ਰੇਂਜ ਦੀ ਬੱਕਰੀ ਲਵੇ, ਚੰਗੇ ਬੱਕਰੇ ਛੱਡੇ, ਜਿਵੇਂ ਬਾਈ ਛੱਡ ਦੂਗਾ ਬੱਕਰਾ, ਠੀਕ ਹੈ, ਹੋਰ ਬਾਈ ਚੰਗੇ ਬਰੀਡਰ ਆ, ਬਰੀਡਰ ਛਡਾ ਲਓ, ਫੀਸ ਦੇਣੀ ਪੈਣੀ ਆ, ਠੀਕ ਆ, ਅਗਲੇ ਦਾ ਬਈ ਮਿਹਨਤ ਮੌਲਾ ਬੋਗ ਰੱਖਣਾ ਤੇ 10 ਬੱਕਰੀਆਂ ਦੇ ਬਰਾਬਰ ਹੁੰਦਾ। ਠੀਕ ਹੈ, ਚੰਗੇ ਬੱਕਰ ਆਪਦੀ ਨਸਲ ਆਪਦੀ ਤਿਆਰ ਕਰੋ, ਘਰੇ ਤੁਹਾਡੇ ਵੀ ਉਹ 2-2 ਲੱਖ ਦੇ ਵਿਕਣਗੇ। ਠੀਕ ਆ, ਤੇ ਬਾਈ ਰਾਜਵੀਰ ਆਖਿਰ ਦੇ ਵਿੱਚ ਇੱਕ ਹਨਾ, ਬਹੁਤ ਲੋਕਾਂ ਨੂੰ ਵਹਿਮ ਹੈਗਾ, ਖੁੰਡ ਚਰਚਾ ਹੁੰਦੀ ਆ ਆਮ, ਵੀ ਹੁਣ ਜਣਾ ਖਣਾ ਬੱਕਰੀ ਪਾਲਣ ਚ ਆ ਗਿਆ, ਇਹ ਕਿੱਤਾ ਬਾਹਲਾ ਟਾਈਮ ਨਹੀਂ ਚੱਲਣਾ, ਜਿਵੇਂ ਦੂਜੇ ਕੰਮ ਫੇਲ ਹੋ ਗਏ, ਬੱਕਰੀ ਪਾਲਣ ਵੀ ਹੁਣ ਥੋੜੇ ਸਮੇਂ ਦੀ ਖੇਡ ਹੈਗੀ ਆ, ਤੇ ਇਹਦੇ ਬਾਰੇ ਵੀ ਤੁਸੀਂ ਆਪਣੇ ਵਿਚਾਰ ਦਿਓ। ਨਹੀਂ ਵੀਰੇ, ਨਾ ਤਾਂ ਕਿਤੇ ਕੋਈ ਕੰਮ ਰੋਕਿਆ ਨਾ ਰੁਕਣਾ, ਜੇ ਹੁਣ ਮੈਂ ਦੇਖਾਂ ਮੇਰਾ ਬਚਪਨਾ ਸੀ ਜਦੋਂ, ਉਦੋਂ ਲਗਭਗ ਜੇ ਮੀਟ ਮਿਲਦਾ ਸੀ ਤਾਂ ਫਿਰ ਵੀ 250-300 ਕਿਲੋ ਸੀਗਾ, ਹਾਂਜੀ, ਅੱਜ ਦੀ ਘੜੀ ਤੇ 600-700 ਨੂੰ ਪਹੁੰਚਿਆ ਪਿਆ ਹੈਗਾ। ਠੀਕ ਹੈ, ਇਹ ਤਾਂ ਮੀਟ ਬੇਸ ਤੇ ਹੀ ਨਹੀਂ ਰੁਕਣਾ ਕੰਮ ਦਾ, ਜਦੋਂ ਤੱਕ ਖਾਣਾ ਦਾਣਾ ਨਾ ਲੋਕਾਂ ਦਾ, ਠੀਕ ਹੈ, ਜਿਵੇਂ ਮੀਆਂ ਭਾਈਚਾਰਾ ਆ ਗਿਆ, ਉਹਨਾਂ ਦਾ ਖਾਣਾ ਦਾਣਾ ਉਹਨਾਂ ਨੇ ਜਿਵੇਂ ਹਲਾਲ ਕਰਨੇ ਹੁੰਦੇ ਆ, ਉਹ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਹਾਂਜੀ, ਆਪਦਾ ਖਰਚਾ ਕਰਦੇ ਹਾਂ, ਉਹਨਾਂ ਦੇ ਕੋਈ ਬਕਰੀਦ ਦਾ ਸਿਸਟਮ ਹੁੰਦਾ ਗਾ, ਉੱਥੇ ਉਹਨਾਂ ਨੇ ਚੰਗੇ ਚੰਗੇ ਜਾਨਵਰ ਲੈ ਕੇ ਜਿਵੇਂ ਆਪਦੀ ਕੋਈ ਕਰਦੇ ਆ ਹਨਾ ਜੀ, ਤੇ ਇਹ ਚੀਜ਼ ਕੰਮ ਨਹੀਂ ਕਦੇ ਫੇਲ ਹੁੰਦਾ। ਇਹ ਤਾਂ ਪਸ਼ੂ ਪਾਲਕ ਹੈ, ਮੱਝਾਂ ਰੱਖਦੇ ਹਾਂ ਆਪਾਂ, ਕਿੰਨਾ ਟਾਈਮ ਹੋ ਗਿਆ, ਗਾਈਆਂ ਰੱਖਦੇ ਹਾਂ ਕਿੰਨਾ ਟਾਈਮ ਹੋ ਗਿਆ, ਪਹਿਲਾਂ ਤਾਂ ਸਮਾਂ ਦੀ, ਅੱਜ ਤਾਂ ਬੱਕਰੀਆਂ ਉਨੀਆਂ ਪੂਰੀਆਂ ਨਹੀਂ ਹੋਣਗੀਆਂ ਜਿਹੜੀਆਂ ਪਹਿਲਾਂ ਵਾਲੇ ਜ਼ਮਾਨੇ 'ਚ ਹੁੰਦੀਆਂ ਸੀ। ਹਾਂਜੀ, ਪਹਿਲਾਂ ਜੇ ਪਿੰਡ 'ਚ 4-4, 5-5 ਇੱਜੜ ਹੁੰਦੇ ਸੀ ਤਾਂ 200-300-300 ਬੱਕਰੀ ਹੁੰਦੀ ਸੀਗੀ, ਅੱਜ ਦੇ ਟਾਈਮ 'ਚ ਤੁਹਾਨੂੰ ਇੱਜੜ ਹੀ ਨਹੀਂ ਹੋਣਾ, ਉਹ ਸਾਰੇ ਛੱਡ ਗਏ ਬੰਦੇ, ਛੱਡ ਗਏ ਕੰਮ, ਉਹ ਬੱਕਰੀ ਪੂਰੀ ਹੋਣੀ ਨਹੀਂ ਬਾਈ, ਪਹਿਲਾਂ ਵਾਲੀਆਂ ਨਸਲਾਂ ਲੋਕਾਂ ਨੇ ਲੁਪਤ ਕਰਤੀਆਂ। ਠੀਕ ਆ, ਉਦੋਂ ਇਹਨਾਂ ਦੀ ਜਾਂਚ, ਹੁਣ ਉਹ ਇਹਦਾ ਰੇਟ ਕਿਉਂ ਵਧਿਆ, ਜਦੋਂ ਉਹ ਨਸਲਾਂ 'ਤੇ ਆਪਾਂ ਕੇਅਰ ਕਰਦੇ ਹਾਂ, ਜਦੋਂ ਉਹ ਬਲੱਡ ਲਾਈਨਾਂ ਵੱਲ ਜਾਂਦੇ ਹਾਂ, ਜੋ ਰਵਾ ਭਾਲਦੇ ਹਾਂ, ਇਹ ਰੇਟ ਤਾਂ ਹੀ ਵੱਧਦੇ ਚੀਜ਼ਾਂ ਦੇ। ਠੀਕ ਹੈ, ਠੀਕ ਹੈ, ਜਦੋਂ ਵੱਖਰਾ ਤਾਂ ਹੁੰਦੇ, ਪਹਿਲਾਂ ਲੋਕ ਕਹਿੰਦੇ ਸੀ ਸਾਡੇ ਯਾਰ ਬੱਕਰੀ ਹੁੰਦੀ ਸੀ ਆਮ ਜੀ, 6-7 ਲੀਟਰ ਦੁੱਧ ਹੁੰਦਾ ਸੀ,
ਅੱਜ 6-7 ਲੀਟਰ ਵਾਲੀ ਬੱਕਰੀ ਕਿਸੇ ਫਾਰਮ ਚ ਇੱਕ ਅੱਧੀ ਹੋਣੀ ਨੀ, ਹੋਣੀ ਨੀ ਤੇ ਪਹਿਲਾਂ ਲੋਕਾਂ ਕੋਲ ਆਮ ਘਰਾਂ ਚ ਖੜੀਆਂ ਹੁੰਦੀਆਂ ਸੀ, ਨਸਲਾਂ ਲੁਪਤ ਹੋ ਗਈਆਂ, ਕੰਮ ਨੀ ਲੁਪਤ ਹੁੰਦੇ ਕਦੇ, ਨਸਲਾਂ ਲੁਪਤ ਲੋਕਾਂ ਨੇ ਕਰਤੀਆਂ ਨਾ, ਜੋ ਧੰਦਾ ਛੱਡ ਗਿਆ ਵੀ ਹੈ ਤਾਂ ਬੱਕਰੀ, ਪਰ ਬੱਕਰੀ ਅੱਜ ਨਾਮ ਕਮਾਈ ਜਾਂਦੀ ਹੈ ਚੰਗਾ, ਘੋੜੀਆਂ ਵਾਲੇ ਬੰਦੇ ਬਹੁਤ ਬੱਕਰੀਆਂ ਵੱਲ ਆ ਕੇ ਲੈ ਦੱਸ, ਹਾਂਜੀ ਹਾਂਜੀ ਆਈ ਜਾਂਦੇ ਰੱਖੀ ਬੈਠੇ ਆ ਤੇ ਬੱਕਰੀਆਂ ਵੀ ਰੱਖੀ ਬੈਠੇ, ਕਹਿੰਦੇ ਵੀ ਆਪਾਂ ਕੰਮ ਛੱਡਦਾ, ਪਰ ਬੱਕਰੀਆਂ ਵੱਲ ਬਹੁਤ ਆ ਗਈ, ਵੱਡੇ ਵੱਡੇ ਘਰ ਜਿੰਨੇ ਤੁਸੀਂ ਦੇਖੋਗੇ ਬੱਕਰੀਆਂ ਵੱਲ ਆਈ ਜਾਂਦੇ, ਜਿਹੜਾ ਸ਼ੌਂਕੀ ਬੰਦਾ ਬਈ ਉਹਦਾ ਕੰਮ ਹੀ ਇਹ ਹੋ ਗਿਆ ਵੀ ਜਾਨਵਰ ਕੋਈ ਨੀ ਛੱਡਣਾ, ਬੱਕਰੀ ਘੋੜਾ ਕੁੱਤੇ ਕਬੂਤਰ ਹਨਾ। ਜਿਹੜੀ ਗੱਲ ਆਇਆ ਨਾ ਇਹ ਜੋ ਹੁਣ ਆਪਣੇ ਏਰੀਏ ਚ ਮੇਲੇ ਲੱਗਦੇ ਆ, 100 ਕਿਲੋਮੀਟਰ ਦਾਇਰੇ ਚ ਮੇਲੇ ਲੱਗਦੇ ਆਪਾਂ ਜੇ ਦੇਖੀਏ ਬੱਕਰੀਆਂ ਦੇ ਲੱਗਦੇ ਆ ਤਾਂ, ਤੇ ਫਿਰ ਦੁਨੀਆਂ ਦਾ ਬਾਈ ਬਹੁਤ ਵੱਡੀ ਬਹੁਤ ਵੱਡੀ ਆ, ਕਿੱਥੇ ਕਿੱਥੇ ਤੁਸੀਂ ਮੇਲਾ ਲਵਾਓਗੇ ਤੇ ਕਿੱਥੇ ਕਿੱਥੇ ਟ੍ਰੇਨਿੰਗਾਂ ਚੱਲਦੀਆਂ, ਕਿੱਥੇ ਕਿੱਥੇ ਤੁਸੀਂ ਬੱਕਰੀ ਪੂਰੀ ਕਰ ਦੋਗੇ, ਨਹੀਂ ਇਹ ਜਿਵੇਂ ਜਿਵੇਂ ਲੋਕਾਂ ਦਾ ਸ਼ੌਂਕ ਵਧਣਾ, ਕੰਮ ਵਧਣਾ, ਜਾਨਵਰ ਵਧਣਗੇ, ਘਟਦੇ ਨੀ ਕਦੇ ਅਸਲੀ। ਠੀਕ ਹੈ ਬਾਈ, ਧੰਨਵਾਦ ਬਾਈ।